ਇਹ ਹੁਣ ਵੀ ਸਤ ਸੰਗਤ ਦੀ ਕਿਰਪਾ ਵਰਤਦੀ ਹੈ। ਜੇ ਕੋਈ ਭਾਵਨਾ ਦੇ ਨਾਲ ਜਾਵੇ, ਬਾਬਾ ਬੁੱਢਾ ਸਾਹਿਬ ਜੀ ਦੀ ਬੜੀ ਵੱਡੀ ਮਹਿਮਾ, ਬੜੀ ਵੱਡੀ ਮਹਿਮਾ। ਜਿੱਥੇ ਕਥਾ ਕਰਦਾ ਹੈ ਨਾ ਰੋਜ਼ ਸ਼ਾਮ ਨੂੰ, ਉੱਥੋਂ ਦੇ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ, ਉਹ ਦਫ਼ਤਰ 'ਚ ਕੰਮ ਕਰਦੇ, ਉਹਨਾਂ ਦੇ ਦਫ਼ਤਰ 'ਚ ਇੱਕ ਮੋਨਾ ਬੰਦਾ ਕੰਮ ਕਰਦਾ ਤੇ ਉਹਦੇ ਘਰ ਕੋਈ ਸੰਤਾਨ ਨਹੀਂ ਸੀ ਤੇ ਉਹਨਾਂ ਨੇ ਉਹ ਮੋਨੇ ਨੂੰ, ਹਿੰਦੂ ਨੂੰ ਬੜੀ ਵਾਰੀ ਆਖਣਾ ਵੀ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ 'ਤੇ ਜਾਓ ਬੀੜ ਸਾਹਿਬ। ਉਹਨੇ ਆਲਾ ਟਾਲਾ ਜਾ ਕਰ ਛੱਡਣਾ, ਨਹੀਂ ਜਾਣਾ। ਉਹਨੇ ਕਦੀ ਆਪਣੀ ਘਰਵਾਲੀ ਦੇ ਨਾਲ ਵੀ ਇਹ ਗੱਲ ਨਹੀਂ ਸੀ ਕੀਤੀ ਵੀ ਸਾਡੇ ਦਫ਼ਤਰ ਵਿੱਚ ਇੰਝ ਕੋਈ ਗੁਰਮੁਖ ਹੈ ਅਤੇ ਉਹ ਸਾਨੂੰ ਮੈਨੂੰ ਵਾਰ ਵਾਰ ਬੀੜ ਸਾਹਿਬ ਜਾਣ ਲਈ ਕਹਿੰਦਾ। ਉਹਨੇ ਕਦੀ ਇਹ ਗੱਲ ਆਪਣੀ ਪਤਨੀ ਨੂੰ ਨਹੀਂ ਸੀ ਦੱਸੀ ਅਤੇ ਸਾਲ ਹੋ ਗਿਆ ਸੀ ਕਹਿੰਦਿਆਂ ਨੂੰ ਵੀ ਜਾਓ ਜਾਓ ਬੀੜ ਸਾਹਿਬ, ਉਹ ਨਹੀਂ ਸੀ ਜਾਂਦਾ। ਕਈ ਬੰਦੇ ਕੱਟੜ ਹੁੰਦੇ ਆ ਅਤੇ ਜਿਹਦੇ 'ਤੇ ਕਿਰਪਾ ਹੋਣੀ ਹੈ ਉਹਦੀ ਘਰਵਾਲੀ ਨੂੰ ਸਾਧ ਸੰਗਤ ਜੀ ਸੁਪਨਾ ਆਇਆ। ਸੁਪਨੇ 'ਚ ਕੀ ਹੈ? ਉਹੋ ਹੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਧਾਨ ਜੀ ਉਹਦੇ ਸੁਪਨੇ 'ਚ ਆਏ ਹੈ ਅਤੇ ਉਹਦੇ ਘਰ ਵਾਲੇ ਨੂੰ ਕਹਿ ਰਹੇ ਹੈ ਵੀ ਬੀੜ ਸਾਹਿਬ ਜਾਓ। ਸਵੇਰੇ ਉੱਠ ਕੇ ਉਹਨੇ ਆਪਣੇ ਪਤੀ ਨਾਲ ਗੱਲ ਕੀਤੀ ਜੀ ਵੀ ਤੁਹਾਡੇ ਦਫ਼ਤਰ 'ਚੋਂ ਜਿਹੜੇ ਸਰਦਾਰ ਜੀ ਹੈ ਨਾ ਕੰਮ ਕਰਦੇ ਤੁਹਾਡੇ ਨਾਲ, ਸੁਪਨਾ ਆਇਆ ਸੀ ਅਤੇ ਉਹ ਸੁਪਨੇ 'ਚ ਕਹਿ ਰਹੇ ਸੀ ਵੀ ਬੀੜ ਸਾਹਿਬ ਜਾਓ। ਫਿਰ ਉਸ ਤਰਕੀ ਬੰਦੇ ਦੀ ਸ਼ਰਧਾ ਵੱਧ ਗਈ ਕਿ ਮੈਂ ਤੈਨੂੰ ਕਦੀ ਨਹੀਂ ਦੱਸਿਆ, ਉਹ ਮੈਨੂੰ ਕਹਿੰਦੇ ਸਾਲ ਹੋ ਗਿਆ ਮੈਨੂੰ ਕਹਿ ਰਹੇ ਆ। ਉਹ ਪਰਮੇਸ਼ਰ ਨੇ ਕੋਈ ਕਿਰਪਾ ਕਰਨੀ ਹੈ ਤਾਂ ਇਹਦੇ ਸੁਪਨੇ 'ਚ ਉਹ ਆਏ ਔਰ ਮੈਨੂੰ ਹੀ ਕਹਿ ਰਹੇ ਆ। ਉਹ ਤਿਆਰ ਹੋਇਆ ਅਤੇ ਸਾਧ ਸੰਗਤ ਜੀ ਪ੍ਰਸ਼ਾਦੇ ਤਿਆਰ ਕੀਤੇ ਬੀਬੀ ਨੇ ਅਤੇ ਉਹਨਾਂ ਦਿਨਾਂ ਵਿੱਚ ਸਕੂਟਰ ਜ਼ਿਆਦਾ ਚੱਲਦੇ ਸਨ। ਅੱਜ ਤੋਂ ਇਹ ਮੈਨੂੰ ਪ੍ਰਧਾਨ ਜੀ ਹੋਣਾ ਗੱਲ ਸੁਣਾਈ 30 ਸਾਲ ਤੋਂ ਪੁਰਾਣੀ ਗੱਲ ਹੈ। ਜਦੋਂ ਗੁਰਦੁਆਰਾ ਸੰਨ ਸਾਹਿਬ ਲਾਗੇ ਆਏ ਹੈ ਅਤੇ ਉੱਥੇ ਸਾਧ ਸੰਗਤ ਜੀ ਉਹ ਸਕੂਟਰ ਜਿਹੜਾ ਪੈਂਚਰ ਹੋ ਗਿਆ। ਉਹ ਬੀਬੀ ਬੜੀ ਪਰੇਸ਼ਾਨ ਵੀ ਮਸਾਂ ਮਸਾਂ ਮੌਕਾ ਬਣਿਆ, ਰੁਕਾਵਟਾਂ ਪੈ ਰਹੀਆਂ ਨੇ, ਰੁਕਾਵਟਾਂ ਪਈ ਜਾਂਦੀਆਂ। ਕਈ ਵਾਰ ਕਿਸੇ ਕੰਮ ਨੂੰ ਕਰਨ ਵਿੱਚ ਸਾਡੇ ਕਰਮਾਂ ਦੇ ਵੱਸ ਰੁਕਾਵਟਾਂ ਪੈਂਦੀਆਂ ਨੇ, ਪਰ ਜੇ ਬੰਦਾ ਲੱਗਾ ਰਹੇ ਮਿਹਰ ਹੋ ਜਾਂਦੀ ਹੈ, ਮਹਾਰਾਜ ਕਿਰਪਾ ਕਰ ਦਿੰਦੇ ਆ। ਉਹ ਸਾਧ ਸੰਗਤ ਜੀ, ਉਹ ਬੀਬੀ ਨੇ ਆਖਿਆ ਵੀ ਮੈਂ ਹੱਠ ਨਹੀਂ ਛੱਡਣਾ, ਜਾਣਾ ਹੀ ਜਾਣਾ ਬੀੜ ਸਾਹਿਬ। ਅਤੇ ਸੰਨ ਸਾਹਿਬ ਤੋਂ ਫਿਰ ਉਹ ਪੈਦਲ ਹੀ ਹੋ ਪਈ ਤੁਰ ਪਈ ਅਤੇ ਬੀੜ ਸਾਹਿਬ ਜਾ ਕੇ ਅਰਦਾਸ ਕਰਾਈ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਐਸੀ ਕਿਰਪਾ ਹੋਈ, ਐਸੀ ਕਿਰਪਾ ਹੋਈ, 2 ਪੁੱਤਰ ਇਕੱਠੇ ਹੀ ਉਹਦੇ ਘਰ ਪੈਦਾ ਹੋਏ ਜੀ, ਕਿੱਥੇ ਇੱਕ ਨਹੀਂ ਸੀ, ਉਹ 2 ਹੋ ਗਏ ਉੱਥੇ। ਅੱਜ ਕੇ ਆਖੋ ਸਤਨਾਮ, 2 ਹੋ ਗਏ। ਉਹ ਕਿਰਪਾ ਹੁਣ ਵੀ ਵਰਤਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਜਿਹੜਾ ਜਿਹੜਾ ਅਸਥਾਨ ਹੈ, ਜਿੱਥੇ ਜਿੱਥੇ ਜਿਹੜਾ ਜਿਹੜਾ ਬਚਨ ਸਤਿਗੁਰੂ ਜੀ ਨੇ ਕੀਤਾ, ਜਿਉਂ ਦੀ ਤਿਉਂ ਸਾਧ ਸੰਗਤ ਜੀ ਹੁਣ ਤੱਕ ਉਹ ਬਚਨ ਉਵੇਂ ਹੀ ਵਰਤ ਰਹੇ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅਨੰਨ ਸਿੱਖ ਪਿਆਰੇ, ਧੰਨ ਧੰਨ ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ ਨੇ ਇੰਨੀ ਸੇਵਾ ਕੀਤੀ। ਪੂਰਬਲਾ ਹੀ ਸੀ ਸਾਧ ਸੰਗਤ ਜੀ, ਬਾਬਾ ਬੁੱਢਾ ਸਾਹਿਬ ਜੀ ਦਾ ਕੋਈ ਸੰਬੰਧ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ, ਕਈ ਜਨਮਾਂ ਦੀ ਬੰਦਗੀ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਹੀ ਬਣ ਗਏ ਬਾਬਾ ਬੁੱਢਾ ਸਾਹਿਬ ਜੀ। ਅਤੇ 2 ਵਾਰ ਧੰਨ ਧੰਨ ਅਤੇ ਬਾਬਾ ਜੀ ਦੇ ਹਰ ਅਸਥਾਨ 'ਤੇ ਜਿੱਥੇ ਜਿੱਥੇ ਤੁਸੀਂ ਜਾਓਗੇ ਨਾ, ਅਤੇ ਗੁਰਦੁਆਰਾ ਸਾਹਿਬ ਦੇ ਉੱਪਰ 2 ਵਾਰ ਧੰਨ ਧੰਨ ਲਿਖਿਆ ਹੀ ਤੁਹਾਨੂੰ ਮਿਲੇਗਾ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ। ਭਾਵ ਆਮ ਬੰਦੇ ਦਾ ਨਾਮ ਹੁੰਦਾ ਅਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਵਿੱਚ ਧੰਨ ਧੰਨ ਵੀ ਉਹਨਾਂ ਦਾ ਨਾਮ ਹੀ ਬਣ ਗਿਆ ਬਾਬਾ ਜੀ ਦਾ। ਧੰਨ ਧੰਨ ਜਿਹੜਾ ਸ਼ਬਦ ਹੈ ਨਾ, ਇਹ ਵੀ ਸਮਝੋ ਬਾਬਾ ਜੀ ਦਾ ਨਾਮ ਹੀ ਬਣ ਗਿਆ। ਇੰਨਾ ਸੇਵਾ ਜਪ ਤਪ,
धन धन बाबा बुढ़ा साहब जी ने की महाराज बाणी च कृपा करते हैं। परमेशर जी बहुत वड्डे है, परमेशर जी दे प्यारे भी बड़े वड्डे है। जेड़ा परमेशर दे प्यारियां दे दर्शन कर ले ना सात संगत जी, ओदे पाप दूर हो जाते।